ਮੌਨਸੂਨ ਤੋਂ ਪਹਿਲਾਂ ਹੀ ਪਾਣੀ ਨਾਲ ਭਰੀਆਂ ਸੜਕਾਂ, ਭਾਰੀ ਮੀਂਹ ਨਾਲ ਡੁੱਬਣ ਲੱਗੇ ਸ਼ਹਿਰ, ਵਿਚਾਲੇ ਫਸੀਆਂ ਰਾਹਗੀਰਾਂ ਦੀਆਂ ਗੱਡੀਆਂ। ਜੀ ਹਾਂ, ਇੱਕ ਪਾਸੇ ਤਾਂ ਹਾਲੇ ਮੌਨਸੂਨ ਨੇ ਦਸਤਕ ਦੇਣੀ ਸੀ, ਪਰ ਉਸ ਤੋਂ ਪਹਿਲਾਂ ਹੀ ਸ਼ਹਿਰਾਂ ਦੇ ਹਾਲ ਦੇਖ ਲਓ। ਪੰਜਾਬ ਦੇ ਵਿੱਚ ਕਿਸ ਕਦਰ ਮੀਂਹ ਪੈ ਰਿਹਾ ਹੈ ਕਿ ਸ਼ਹਿਰਾਂ ਦੇ ਸ਼ਹਿਰ, ਸੜਕਾਂ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ ਨੇ। ਰਾਹਗੀਰ ਵੀ ਵਿਚਾਲੇ ਹੀ ਗੱਡੀਆਂ ਲੈ ਕੇ ਫਸੇ ਹੋਏ ਨੇ, ਸੜਕਾਂ ਨੂੰ ਪਾਰ ਕਰਨਾ ਔਖਾ ਹੋ ਰਿਹਾ। ਜਿੱਥੇ ਅੱਤ ਦੀ ਗਰਮੀ ਪੈ ਰਹੀ ਸੀ ਤਾਂ ਮੀਂਹ ਦੀ ਉਡੀਕ ਕੀਤੀ ਜਾ ਰਹੀ ਸੀ, ਮੌਨਸੂਨ ਨੂੰ ਉਡੀਕਿਆ ਜਾ ਰਿਹਾ ਸੀ, ਤਾਂ ਮੌਨਸੂਨ ਤੋਂ ਪਹਿਲਾਂ ਦੇ ਹੀ ਇਹ ਹਾਲ ਦੇਖ ਲਓ ਕਿ ਕਿਸ ਕਦਰ ਬਰਸਾਤ ਹੋਈ ਹੈ। ਹਾਲਾਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਿਤੇ ਤਾਂ ਕਿਣਮਿਣ ਹੋ ਰਹੀ ਹੈ, ਹਲਕੀ ਬਰਸਾਤ ਹੈ, ਦਰਮਿਆਨੀ ਬਰਸਾਤ ਹੈ, ਤਾਂ ਕਿਤੇ ਭਾਰੀ ਮੀਂਹ ਪੈਣ ਦੇ ਨਾਲ ਸੜਕਾਂ ਜਲ ਥਲ ਹੋ ਗਈਆਂ ਨੇ। ਦੇਖੋ ਕਿਸ ਤਰ੍ਹਾਂ ਨਦੀਆਂ ਦੀ ਤਰ੍ਹਾਂ ਪਾਣੀ ਵਹਿ ਰਿਹਾ ਨਾ ਸੜਕਾਂ ਦੇ ਉੱਤੋਂ, ਤੇ ਜਿਹੜੇ ਗੱਡੀਆਂ ਵਾਲੇ ਨੇ ਉਹ ਵੀ ਵਿਚਾਲੇ ਫਸੇ ਹੋਏ ਨੇ। ਇਸੇ ਵਿਚਾਲੇ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਸ਼ਹਿਰ ਦੀਆਂ, ਜਿੱਥੇ ਸੜਕਾਂ ਦਾ ਹਾਲ ਤੁਸੀਂ ਦੇਖ ਲਓ ਕਿ ਇੰਨਾ ਮੀਂਹ ਪਿਆ ਹੈ, ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ, ਜਿਨ੍ਹਾਂ ਦੇ ਵਿੱਚੋਂ ਲੰਘਣਾ ਵੀ ਔਖਾ ਹੋ ਰਿਹਾ। ਇਹ ਤਾਂ ਗੱਡੀਆਂ ਵਾਲੇ ਨੇ, ਇੱਧਰ ਪੈਦਲ ਚੱਲਣ ਵਾਲੇ ਜਿਹੜੇ ਰਾਹਗੀਰ ਨੇ ਉਹਨਾਂ ਲਈ ਵੀ ਇੱਥੋਂ ਨਿਕਲਣਾ ਮੁਸ਼ਕਿਲ ਹੋ ਗਿਆ। ਤਸਵੀਰਾਂ ਦੇ ਵਿੱਚ ਦੇਖੋ ਜਿੱਥੇ ਕਾਰ ਚਾਲਕ ਫਸੇ ਹੋਏ ਨੇ, ਤਾਂ ਉੱਥੇ ਇੱਕ ਸਾਈਕਲ ਵਾਲਾ ਵੀ ਜੱਦੋ ਜਹਿਦ ਕਰ ਰਿਹਾ ਇਸ ਪਾਣੀ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਸੜਕਾਂ ਦੇ ਉੱਤੇ ਖੜ੍ਹੇ ਪਾਣੀ ਦੇ ਵਿੱਚੋਂ ਲੰਘਣਾ ਕਾਫੀ ਔਖਾ ਹੋ ਗਿਆ। ਧੱਕਾ ਲਾ ਲਾ ਕੇ ਇਹਨਾਂ ਗੱਡੀਆਂ ਨੂੰ ਪਾਣੀ ਚੋਂ ਬਾਹਰ ਕੱਢਣਾ ਪੈ ਰਿਹਾ ਹੈ। ਹਾਲਾਂਕਿ ਇੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ, ਕਿਉਂਕਿ ਮੀਂਹ ਨੂੰ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ, ਮੌਨਸੂਨ ਦੀ ਉਡੀਕ ਹੋ ਰਹੀ ਹੈ। ਪਰ ਹੁਣ ਮੌਨਸੂਨ ਤੋਂ ਪਹਿਲਾਂ ਦੇ ਹਾਲ ਦੇਖ ਲਓ, ਤੇ ਜਦੋਂ ਮੌਨਸੂਨ ਆਏਗਾ, ਭਾਰੀ ਮੀਂਹ ਪੈਣਗੇ, ਤਾਂ ਉਦੋਂ ਇਹਨਾਂ ਸ਼ਹਿਰਾਂ ਦਾ ਹਾਲ ਕੀ ਹੋਏਗਾ, ਜਿੱਥੇ ਇੱਕ ਮੀਂਹ ਨੇ ਹੀ ਇੰਨਾ ਪਾਣੀ ਭਰ ਦਿੱਤਾ ਹੈ ਕਿ ਸ਼ਹਿਰ ਡੁੱਬਣ ਲੱਗ ਗਿਆ। ਲੋਕ ਜ਼ਰੂਰ ਇਸ ਬਰਸਾਤ ਦਾ ਆਨੰਦ ਮਾਣ ਰਹੇ ਨੇ, ਪਰ ਰਾਹਗੀਰਾਂ ਲਈ ਇੱਥੇ ਡਾਢੀ ਮੁਸ਼ਕਲ ਹੋ ਗਈ ਹੈ, ਜਿਨ੍ਹਾਂ ਦੀਆਂ ਗੱਡੀਆਂ ਵੀ ਇਸ ਪਾਣੀ ਦੇ ਵਿੱਚੋਂ ਨਹੀਂ ਲੰਘ ਰਹੀਆਂ ਨੇ। ਇਹ ਤਸਵੀਰਾਂ ਲੁਧਿਆਣਾ ਸ਼ਹਿਰ ਦੀਆਂ ਨੇ, ਪਰ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲ ਬਣ ਰਹੇ ਨੇ। ਕਿਤੇ ਕਿਣਮਿਣ ਹੋ ਰਹੀ ਹੈ, ਹਲਕੀ ਤੋਂ ਦਰਮਿਆਨੀ ਬਰਸਾਤ ਹੈ, ਤੇ ਕਿਤੇ ਭਾਰੀ ਮੀਂਹ ਦੇ ਨਾਲ ਸੜਕਾਂ ਜਲ ਥਲ ਹੋ ਗਈਆਂ ਨੇ। ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ, ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਉੱਥੇ ਭਾਰੀ ਬਰਸਾਤ ਹੋ ਰਹੀ ਹੈ, ਜਾਂ ਹਲਕੀ ਤੋਂ ਦਰਮਿਆਨੀ ਬਰਸਾਤ ਹੈ, ਜਾਂ ਹਲੇ ਬੱਦਲਵਾਹੀ ਹੈ। ਕਿਉਂਕਿ ਇੱਥੇ ਕਈ ਇਲਾਕਿਆਂ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਬਰਸਾਤ ਹੋ ਰਹੀ ਹੈ, ਕਿਣਮਿਣ ਜ਼ਰੂਰ ਹੋ ਰਹੀ ਹੈ ਹਰ ਪਾਸੇ, ਪਰ ਕਿਤੇ ਭਾਰੀ ਮੀਂਹ ਵੀ ਪੈ ਰਿਹਾ ਹੈ। ਮੌਨਸੂਨ ਤੋਂ ਪਹਿਲਾਂ ਹੀ ਪਾਣੀ ਨਾਲ ਭਰੀਆਂ ਸੜਕਾਂ, ਭਾਰੀ ਮੀਂਹ ਨਾਲ ਡੁੱਬਣ ਲੱਗੇ ਸ਼ਹਿਰ, ਵਿਚਾਲੇ ਫਸੀਆਂ ਰਾਹਗੀਰਾਂ ਦੀਆਂ ਗੱਡੀਆਂ। ਜੀ ਹਾਂ, ਇੱਕ ਪਾਸੇ ਤਾਂ ਹਾਲੇ ਮੌਨਸੂਨ ਨੇ ਦਸਤਕ ਦੇਣੀ ਸੀ, ਪਰ ਉਸ ਤੋਂ ਪਹਿਲਾਂ ਹੀ ਸ਼ਹਿਰਾਂ ਦੇ ਹਾਲ ਦੇਖ ਲਓ। ਪੰਜਾਬ ਦੇ ਵਿੱਚ ਕਿਸ ਕਦਰ ਮੀਂਹ ਪੈ ਰਿਹਾ ਹੈ ਕਿ ਸ਼ਹਿਰਾਂ ਦੇ ਸ਼ਹਿਰ, ਸੜਕਾਂ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ ਨੇ। ਰਾਹਗੀਰ ਵੀ ਵਿਚਾਲੇ ਹੀ ਗੱਡੀਆਂ ਲੈ ਕੇ ਫਸੇ ਹੋਏ ਨੇ, ਸੜਕਾਂ ਨੂੰ ਪਾਰ ਕਰਨਾ ਔਖਾ ਹੋ ਰਿਹਾ। ਜਿੱਥੇ ਅੱਤ ਦੀ ਗਰਮੀ ਪੈ ਰਹੀ ਸੀ ਤਾਂ ਮੀਂਹ ਦੀ ਉਡੀਕ ਕੀਤੀ ਜਾ ਰਹੀ ਸੀ, ਮੌਨਸੂਨ ਨੂੰ ਉਡੀਕਿਆ ਜਾ ਰਿਹਾ ਸੀ, ਤਾਂ ਮੌਨਸੂਨ ਤੋਂ ਪਹਿਲਾਂ ਦੇ ਹੀ ਇਹ ਹਾਲ ਦੇਖ ਲਓ ਕਿ ਕਿਸ ਕਦਰ ਬਰਸਾਤ ਹੋਈ ਹੈ। ਹਾਲਾਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਿਤੇ ਤਾਂ ਕਿਣਮਿਣ ਹੋ ਰਹੀ ਹੈ, ਹਲਕੀ ਬਰਸਾਤ ਹੈ, ਦਰਮਿਆਨੀ ਬਰਸਾਤ ਹੈ, ਤਾਂ ਕਿਤੇ ਭਾਰੀ ਮੀਂਹ ਪੈਣ ਦੇ ਨਾਲ ਸੜਕਾਂ ਜਲ ਥਲ ਹੋ ਗਈਆਂ ਨੇ। ਦੇਖੋ ਕਿਸ ਤਰ੍ਹਾਂ ਨਦੀਆਂ ਦੀ ਤਰ੍ਹਾਂ ਪਾਣੀ ਵਹਿ ਰਿਹਾ ਨਾ ਸੜਕਾਂ ਦੇ ਉੱਤੋਂ, ਤੇ ਜਿਹੜੇ ਗੱਡੀਆਂ ਵਾਲੇ ਨੇ ਉਹ ਵੀ ਵਿਚਾਲੇ ਫਸੇ ਹੋਏ ਨੇ। ਇਸੇ ਵਿਚਾਲੇ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਸ਼ਹਿਰ ਦੀਆਂ, ਜਿੱਥੇ ਸੜਕਾਂ ਦਾ ਹਾਲ ਤੁਸੀਂ ਦੇਖ ਲਓ ਕਿ ਇੰਨਾ ਮੀਂਹ ਪਿਆ ਹੈ,
ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ, ਜਿਨ੍ਹਾਂ ਦੇ ਵਿੱਚੋਂ ਲੰਘਣਾ ਵੀ ਔਖਾ ਹੋ ਰਿਹਾ। ਇਹ ਤਾਂ ਗੱਡੀਆਂ ਵਾਲੇ ਨੇ, ਇੱਧਰ ਪੈਦਲ ਚੱਲਣ ਵਾਲੇ ਜਿਹੜੇ ਰਾਹਗੀਰ ਨੇ ਉਹਨਾਂ ਲਈ ਵੀ ਇੱਥੋਂ ਨਿਕਲਣਾ ਮੁਸ਼ਕਿਲ ਹੋ ਗਿਆ। ਤਸਵੀਰਾਂ ਦੇ ਵਿੱਚ ਦੇਖੋ ਜਿੱਥੇ ਕਾਰ ਚਾਲਕ ਫਸੇ ਹੋਏ ਨੇ, ਤਾਂ ਉੱਥੇ ਇੱਕ ਸਾਈਕਲ ਵਾਲਾ ਵੀ ਜੱਦੋ ਜਹਿਦ ਕਰ ਰਿਹਾ ਇਸ ਪਾਣੀ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਸੜਕਾਂ ਦੇ ਉੱਤੇ ਖੜ੍ਹੇ ਪਾਣੀ ਦੇ ਵਿੱਚੋਂ ਲੰਘਣਾ ਕਾਫੀ ਔਖਾ ਹੋ ਗਿਆ। ਧੱਕਾ ਲਾ ਲਾ ਕੇ ਇਹਨਾਂ ਗੱਡੀਆਂ ਨੂੰ ਪਾਣੀ ਚੋਂ ਬਾਹਰ ਕੱਢਣਾ ਪੈ ਰਿਹਾ ਹੈ। ਹਾਲਾਂਕਿ ਇੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ, ਕਿਉਂਕਿ ਮੀਂਹ ਨੂੰ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ। ਮੌਨਸੂਨ ਦੀ ਉਡੀਕ ਹੋ ਰਹੀ ਹੈ, ਪਰ ਹੁਣ ਮੌਨਸੂਨ ਤੋਂ ਪਹਿਲਾਂ ਦੇ ਹਾਲ ਦੇਖ ਲਓ, ਤੇ ਜਦੋਂ ਮੌਨਸੂਨ ਆਏਗਾ, ਭਾਰੀ ਮੀਂਹ ਪੈਣਗੇ, ਤਾਂ ਉਦੋਂ ਇਹਨਾਂ ਸ਼ਹਿਰਾਂ ਦਾ ਹਾਲ ਕੀ ਹੋਏਗਾ, ਜਿੱਥੇ ਇੱਕ ਮੀਂਹ ਨੇ ਹੀ ਇੰਨਾ ਪਾਣੀ ਭਰ ਦਿੱਤਾ ਹੈ ਕਿ ਸ਼ਹਿਰ ਡੁੱਬਣ ਲੱਗ ਗਿਆ। ਲੋਕ ਜ਼ਰੂਰ ਇਸ ਬਰਸਾਤ ਦਾ ਆਨੰਦ ਮਾਣ ਰਹੇ ਨੇ, ਪਰ ਰਾਹਗੀਰਾਂ ਲਈ ਇੱਥੇ ਡਾਢੀ ਮੁਸ਼ਕਲ ਹੋ ਗਈ ਹੈ, ਜਿਨ੍ਹਾਂ ਦੀਆਂ ਗੱਡੀਆਂ ਵੀ ਇਸ ਪਾਣੀ ਦੇ ਵਿੱਚੋਂ ਨਹੀਂ ਲੰਘ ਰਹੀਆਂ ਨੇ। ਇਹ ਤਸਵੀਰਾਂ ਲੁਧਿਆਣਾ ਸ਼ਹਿਰ ਦੀਆਂ ਨੇ, ਪਰ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲ ਬਣ ਰਹੇ ਨੇ। ਕਿਤੇ ਕਿਣਮਿਣ ਹੋ ਰਹੀ ਹੈ, ਹਲਕੀ ਤੋਂ ਦਰਮਿਆਨੀ ਬਰਸਾਤ ਹੈ, ਤੇ ਕਿਤੇ ਭਾਰੀ ਮੀਂਹ ਦੇ ਨਾਲ ਸੜਕਾਂ ਜਲ ਥਲ ਹੋ ਗਈਆਂ ਨੇ। ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ, ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਉੱਥੇ ਭਾਰੀ ਬਰਸਾਤ ਹੋ ਰਹੀ ਹੈ, ਜਾਂ ਹਲਕੀ ਤੋਂ ਦਰਮਿਆਨੀ ਬਰਸਾਤ ਹੈ, ਜਾਂ ਹਲੇ ਬੱਦਲਵਾਹੀ ਹੈ। ਕਿਉਂਕਿ ਇੱਥੇ ਕਈ ਇਲਾਕਿਆਂ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਬਰਸਾਤ ਹੋ ਰਹੀ ਹੈ, ਕਿਣਮਿਣ ਜ਼ਰੂਰ ਹੋ ਰਹੀ ਹੈ ਹਰ ਪਾਸੇ, ਪਰ ਕਿਤੇ ਭਾਰੀ ਮੀਂਹ ਵੀ ਪੈ ਰਿਹਾ ਹੈ।